वाहिगुरु जी का खालसा, वाहिगुरु जी की फतेह। स्टैपिंग स्टोन पंजाबी रीडर 6 विच तुहाडा सारयां दा स्वागत है। मैं अरशिंदरपाल कौर अज तुहाडे लई 2020 एडिशन दा पाठ नंबर 21 लैके हाजिर हाँ। चलो चलिए नवा पाठ सीखिए। साडा अज दा पाठ है आनंदपुर साहिब विच खास गुरद्वारे अते किले। गुरद्वारे तुहानू सारयां नू पता आनंदपुर साहिब शायद बारे भी तुसीं काफ़ी कुछ जाण चुके हो। तुसीं पहलां दो पाठ पढ़ चुके हो आनंदपुर साहिब बारे। अते किले हुंदे ने फोर्ट, राइट। आनंदपुर साहिब अते इस शहर दे नेड़े बहुत इतिहासिक घटनावां होईयां। ਇੱਥੇ ਇਹਨਾਂ ਦੀਆਂ ਯਾਦਾਂ ਵਿੱਚ ਬਹੁਤ ਇਤਿਹਾਸਿਕ ਗੁਰਦੁਆਰੇ ਅਤੇ ਕਿਲੇ ਬਣਾਏ ਗਏ ਹਨ। ਕੁਝ ਖਾਸ ਗੁਰਦੁਆਰੇ ਅਤੇ ਕਿਲੇ ਇਹ ਹਨ। ਇਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਯਾਦ ਕਰਾਉਣਾ ਚਾਹੁੰਦੀ ਹਾਂ ਪਿਛਲੇ ਪਾਠਾਂ ਦਾ, ਕਿ ਤੁਹਾਨੂੰ ਪਤਾ 5 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ 10ਵੇਂ ਪਾਤਸ਼ਾਹ ਬਾਲ ਗੋਬਿੰਦ ਰਾਏ ਆਨੰਦਪੁਰ ਸਾਹਿਬ ਆ ਗਏ ਸਨ ਅਤੇ ਆਪਣੇ ਜੋਤੀ ਜੋਤ ਸਮਾਉਣ ਤੋਂ ਥੋੜ੍ਹੀ ਦੇਰ ਪਹਿਲਾਂ ਤੱਕ, ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੱਕ ਗੁਰੂ ਜੀ ਇੱਥੇ ਹੀ ਇਸ ਸ਼ਹਿਰ ਵਿੱਚ ਰਹੇ ਅਤੇ ਉਹਨਾਂ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਯਾਦਾਂ, ਬਹੁਤ ਸਾਰੀਆਂ ਇਤਿਹਾਸਿਕ ਘਟਨਾਵਾਂ ਜਿਹੜੀਆਂ ਇੱਥੇ ਵਾਪਰੀਆਂ ਅਤੇ ਉਹਨਾਂ ਦੇ ਦੀ ਯਾਦ ਵਿੱਚ ਹੀ ਇੱਥੇ ਜਿਹੜੇ ਗੁਰਦੁਆਰੇ ਬਣੇ ਨੇ, ਗੁਰਦੁਆਰਾ ਸਾਹਿਬ ਅਤੇ ਹੋਰ ਕਿਲੇ ਬਣੇ ਨੇ ਅਤੇ ਉਹ ਉਹਨਾਂ ਬਾਰੇ ਅੱਜ ਅਸੀਂ ਸਿੱਖਾਂਗੇ। ਨੰਬਰ 1, ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ। ਜੂਨ 1665 ਵਿੱਚ ਇਸ ਥਾਂ 'ਤੇ ਚੱਕ ਨਾਨਕੀ ਨਗਰ ਦੀ ਨੀਂਹ ਰੱਖੀ ਗਈ ਸੀ। ਨੰਬਰ 2, ਗੁਰਦੁਆਰਾ ਭੋਰਾ ਸਾਹਿਬ। ਇਸ ਥਾਂ 'ਤੇ ਗੁਰੂ ਤੇਗ ਬਹਾਦਰ ਜੀ ਸਿਮਰਨ ਕਰਦੇ ਅਤੇ ਗੁਰਬਾਣੀ ਲਿਖਦੇ। ਨੰਬਰ 3, ਗੁਰਦੁਆਰਾ ਥੜਾ ਸਾਹਿਬ। ਇਸ ਥਾਂ 'ਤੇ ਕਸ਼ਮੀਰੀ ਪੰਡਿਤ ਕਿਰਪਾ ਰਾਮ ਆਪਣੇ ਸਾਥੀਆਂ ਨਾਲ ਗੁਰੂ ਤੇਗ ਬਹਾਦਰ ਜੀ ਕੋਲੋਂ ਮਦਦ ਲੈਣ ਆਇਆ ਸੀ। ਇਸ ਥੜੇ ਵਾਲੀ ਥਾਂ 'ਤੇ ਗੋਬਿੰਦ ਰਾਏ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਸੀ ਕਿ ਉਹਨਾਂ ਨਾਲੋਂ ਪਵਿੱਤਰ ਇਨਸਾਨ ਹੋਰ ਕੋਈ ਨਹੀਂ। ਜਦੋਂ ਕਸ਼ਮੀਰੀ ਪੰਡਿਤ ਆਏ ਸੀ, ਕਿਰਪਾ ਰਾਮ ਜਾਂ ਕਿਰਪਾ ਰਾਮ ਆਪਾਂ ਦੋਨੋਂ ਤਰ੍ਹਾਂ ਕਹਿ ਸਕਦੇ ਹਾਂ, ਉਹ ਇੱਥੇ ਆਏ ਸਨ ਅਤੇ ਉਹਨਾਂ ਨੇ ਕਿਹਾ ਸੀ ਕਿ ਸਾਡਾ ਧਰਮ ਖਤਰੇ ਵਿੱਚ ਹੈ ਅਤੇ ਉਹਨਾਂ ਨੇ ਗੁਰੂ ਜੀ ਅੱਗੇ ਫਰਿਆਦ ਕੀਤੀ ਸੀ ਕਿ ਸਾਡੀ ਮਦਦ ਕਰੋ। ਗੁਰੂ ਤੇਗ ਬਹਾਦਰ ਜੀ ਉਦੋਂ ਸਾਡੇ 9ਵੇਂ ਪਾਤਸ਼ਾਹ ਸਨ ਅਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਸ ਸਮੇਂ ਕਿਸੇ ਬਹੁਤ ਪਵਿੱਤਰ ਇਨਸਾਨ ਨੂੰ ਜਿਹੜਾ ਸੈਕਰੀਫਾਈਸ ਕਰਨਾ ਪਏਗਾ, ਬਲੀਦਾਨ ਦੇਣਾ ਪਏਗਾ। ਤਾਂ ਕੋਲ ਹੀ ਬਾਲ ਗੋਬਿੰਦ ਰਾਏ ਜਿਹੜੇ ਕਿ ਉਸ ਸਮੇਂ ਲਗਭਗ 9 ਸਾਲ ਦੇ ਸਨ, ਉੱਥੇ ਖੜ੍ਹੇ ਸਨ। ਉਹਨਾਂ ਨੇ ਆਪਣੇ ਪਿਤਾ ਜੀ ਨੂੰ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਸੀ ਕਿ ਉਹਨਾਂ ਨਾਲੋਂ ਪਵਿੱਤਰ ਇਨਸਾਨ ਹੋਰ ਕੋਈ ਨਹੀਂ। ਤੁਸੀਂ ਦੇਖੋ ਬੱਚੋ, ਗੁਰੂ ਸਾਹਿਬ ਦਾ ਆਪਣੇ ਪਿਤਾ ਜੀ ਲਈ, ਆਪਣੇ ਗੁਰੂ ਪਿਤਾ ਜੀ ਲਈ ਉਹਨਾਂ ਦੇ ਮਨ 'ਚ ਕਿੰਨਾ ਸਤਿਕਾਰ ਸੀ ਕਿ ਉਹਨਾਂ ਨੂੰ ਸਭ ਤੋਂ ਉੱਚੇ ਸੁੱਚੇ ਇਨਸਾਨ ਗੁਰੂ ਤੇਗ ਬਹਾਦਰ ਜੀ ਹੀ ਉਹਨਾਂ ਨੂੰ ਨਜ਼ਰ ਆਏ, ਮਹਿਸੂਸ ਹੋਏ। ਨੰਬਰ 4, ਗੁਰਦੁਆਰਾ ਦਮਦਮਾ ਸਾਹਿਬ। ਗੁਰੂ ਤੇਗ ਬਹਾਦਰ ਜੀ ਇੱਥੇ ਰਹਿੰਦੇ ਸਨ, ਇੱਥੇ ਹੀ ਉਹ ਸੰਗਤਾਂ ਨੂੰ ਮਿਲਦੇ ਅਤੇ ਇੱਥੇ ਹੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ 10ਵੇਂ ਗੁਰੂ ਸਾਹਿਬ ਥਾਪਿਆ। ਗੁਰਦੁਆਰਾ ਮਾਤਾ ਜੀਤੋ ਜੀ। ਗੁਰਦੁਆਰਾ ਮਾਤਾ ਜੀਤੋ ਜੀ ਸਾਹਿਬ, ਇਸ ਥਾਂ 'ਤੇ ਮਾਤਾ ਜੀਤੋ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਮਾਤਾ ਜੀਤੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਤਨੀ ਸਨ, ਉਹਨਾਂ ਦੀ ਵਾਈਫ ਸਨ, ਠੀਕ। ਨੰਬਰ 6, ਗੁਰਦੁਆਰਾ ਸੀਸਗੰਜ ਸਾਹਿਬ। ਇਹ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਨੇ ਉਸ ਥਾਂ 'ਤੇ ਬਣਵਾਇਆ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ। ਬੱਚਿਓ, ਤੁਹਾਨੂੰ ਯਾਦ ਹੋਏਗਾ ਕਿ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵਿੱਚ ਜਾ ਕੇ ਚਾਂਦਨੀ ਚੌਂਕ ਵਿੱਚ ਜਾ ਕੇ ਉਹਨਾਂ ਨੇ ਆਪਣਾ ਸੀਸ ਦਿੱਤਾ ਸੀ, ਉਹਨਾਂ ਦਾ ਸੀਸ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ, ਹਿੰਦੂ ਜਿਹੜੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਕਰਨ ਵਾਸਤੇ, ਹਿੰਦੂਆਂ ਦੇ ਜੰਝੂ ਦੀ ਖਾਤਰ ਰੱਖਿਆ ਕਰਨ ਵਾਸਤੇ ਗੁਰੂ ਸਾਹਿਬ ਨੇ ਆਪਣਾ ਸੀਸ ਬਲੀਦਾਨ ਦਿੱਤਾ ਸੀ। ਅਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਜਗ੍ਹਾ 'ਤੇ ਜਿੱਥੇ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਅਤੇ ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਬਣਾਇਆ, ਕਿਉਂਕਿ ਗੁਰੂ ਜੀ ਦੇ ਦੀ ਬੋਡੀ ਦਾ ਸੰਸਕਾਰ ਉੱਥੇ ਹੀ ਹੋਇਆ ਸੀ, ਰਾਈਟ। ਸੋ ਗੁਰੂ ਜੀ ਦਾ ਸੀਸ ਲੈ ਕੇ ਜਿਹੜੇ ਭਾਈ ਜੈਤਾ ਜੀ ਉੱਥੇ ਆਏ ਸਨ, ਆਨੰਦਪੁਰ ਸਾਹਿਬ ਵਿੱਚ ਆਏ ਸਨ
ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਜੀ ਦਾ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਉਹਨਾਂ ਦਾ ਸੀਸ ਉੱਥੇ ਦਿੱਤਾ ਸੀ ਆ ਕੇ ਭਾਈ ਜੈਤਾ ਜੀ ਨੇ। ਪੰਜ ਕਿਲੇ ਇਹ ਹਨ। ਤਖ਼ਤ ਕੇਸਗੜ੍ਹ ਸਾਹਿਬ ਹੁਣ ਪੰਜਾਂ ਤਖ਼ਤਾਂ ਵਿੱਚੋਂ ਇੱਕ ਹੈ। ਕੇਸਗੜ੍ਹ ਸਾਹਿਬ ਤਖ਼ਤ ਜਿਹੜੇ ਹੈਗੇ ਆ ਉੱਥੇ ਕੋਈ ਬਹੁਤ ਵੱਡੀ ਜਿਹੜੀ ਘਟਨਾ ਹੋਈ ਸੀ, ਜਿਹੜੀ ਖਾਲਸੇ ਦੀ ਸਿਰਜਣਾ ਹੋਈ ਸੀ, ਬੜੀ ਇਤਿਹਾਸਿਕ ਘਟਨਾ ਹੋਈ ਸੀ। ਕਿਲ੍ਹਾ ਤਖ਼ਤ ਕੇਸਗੜ੍ਹ ਸਾਹਿਬ ਇੱਥੇ ਵਿਸਾਖੀ 1699 ਨੂੰ ਖਾਲਸੇ ਦੀ ਸਿਰਜਣਾ ਹੋਈ। ਨੰਬਰ 2, ਕਿਲ੍ਹਾ ਆਨੰਦਗੜ੍ਹ ਸਾਹਿਬ। ਇਸ ਕਿਲ੍ਹੇ ਵਿੱਚ ਸਿੱਖ ਸੂਰਮੇ ਰਹਿੰਦੇ ਸਨ। ਸੂਰਮੇ ਕੌਣ ਹੁੰਦੇ ਆ? ਬਹਾਦਰ, ਵੈਲੈਂਟ ਵਾਰੀਅਰਸ, ਹੈ ਨਾ, ਬਹਾਦਰ ਬਰੇਵ ਜਿਹੜੇ। ਕਿਲ੍ਹਾ ਲੋਹਗੜ੍ਹ ਸਾਹਿਬ, ਇਸ ਥਾਂ 'ਤੇ ਸ਼ਸਤਰ ਬਣਾਏ ਜਾਂਦੇ ਸਨ। ਲੋਹਗੜ੍ਹ, ਲੋਹ ਹੁੰਦਾ ਲੋਹਾ, ਹੈ ਨਾ, ਸੋ ਲੋਹਗੜ੍ਹ ਸਾਹਿਬ ਇੱਥੇ ਸ਼ਸਤਰ ਬਣਾਏ ਜਾਂਦੇ ਸਨ। ਕਿਲ੍ਹਾ ਹੋਲਗੜ੍ਹ ਸਾਹਿਬ, ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ 1701 ਵਿੱਚ ਪਹਿਲਾ ਹੋਲਾ ਮਹੱਲਾ ਮਨਾਇਆ। ਸੋ ਸਾਨੂੰ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮਹੱਲਾ ਸ਼ੁਰੂ ਕੀਤਾ ਸੀ, ਠੀਕ ਹੈ। ਸੋ ਉਹਨਾਂ ਨੇ ਕਿਹਾ ਸੀ ਕਿ ਲੋਕ ਹੋਲੀ ਖੇਡਦੇ ਆ ਅਤੇ ਤੁਸੀਂ ਮੇਰੇ ਜਿਹੜੇ ਸਿੱਖ ਹੈਗੇ ਆ ਉਹ ਮਾਰਸ਼ਲ ਆਰਟ ਕਰਨ ਇਸ ਦਿਨ ਅਤੇ ਹੋਲਾ ਮਹੱਲਾ ਮਨਾਉਣ, ਕਿਉਂਕਿ ਗੁਰੂ ਜੀ ਆਪਣੇ ਸਿੱਖਾਂ ਨੂੰ ਸੰਤ ਸਿਪਾਹੀ ਦੇਖਣਾ ਚਾਹੁੰਦੇ ਸਨ। ਨੰਬਰ 5, ਕਿਲ੍ਹਾ ਫਤਿਹਗੜ੍ਹ ਸਾਹਿਬ। ਇਸ ਕਿਲ੍ਹੇ ਬਾਰੇ ਬਹੁਤ ਜਾਣਕਾਰੀ ਨਹੀਂ ਮਿਲਦੀ। ਇੱਕ ਥਾਂ 'ਤੇ ਲਿਖਿਆ ਮਿਲਦਾ ਹੈ ਕਿ ਇੱਥੇ ਇੱਕ ਖੂਹ ਸੀ ਜਿੱਥੋਂ ਸਿੱਖ ਪਾਣੀ ਪੀਂਦੇ ਸਨ। ਬੱਚੇ, ਸਾਡੇ ਇਤਿਹਾਸ ਦੀਆਂ ਕੁਛ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਘਟਨਾਵਾਂ, ਕਿਉਂਕਿ ਇਤਿਹਾਸ ਲਿਖਿਆ ਗਿਆ ਪਰ ਬਹੁਤ ਸਾਰਾ ਜਿਹੜਾ ਵੇਸਟ ਹੋ ਗਿਆ, ਇਤਿਹਾਸ ਸੰਭਾਲਿਆ ਨਹੀਂ ਗਿਆ, ਇਸ ਕਰਕੇ ਕਈ ਚੀਜ਼ਾਂ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ, ਸਾਨੂੰ ਪੂਰੀ ਨੌਲੇਜ ਜਿਹੜੀ ਨਹੀਂ ਮਿਲਦੀ, ਪੂਰੇ ਡਾਕੂਮੈਂਟਸ ਨਹੀਂ ਮਿਲਦੇ, ਹੈ ਨਾ। ਸੋ ਸੋਮਵਾਰ ਘਰ ਦਾ ਕੰਮ, ਇਹਨਾਂ ਕਿਲ੍ਹਿਆਂ ਦਾ ਵੇਰਵਾ ਡੀਟੇਲਸ, ਹੈ ਨਾ, ਹੇਠਾਂ ਟੇਬਲ ਵਿੱਚ ਕਾਪੀ ਕਰਕੇ ਲਿਖੋ। ਤੁਸੀਂ ਸੋਮਵਾਰ ਘਰ ਦਾ ਕੰਮ ਹੈ ਕਿਲ੍ਹਿਆਂ ਦਾ ਵੇਰਵਾ, ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ, ਇਹਦੇ ਬਾਰੇ ਡਿਟੇਲ ਲਿਖਣੇ। ਇੱਥੇ ਤੁਸੀਂ ਗੁਰਦੁਆਰਾ ਥੜਾ ਸਾਹਿਬ ਇੱਥੇ ਲਿਖੋਗੇ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਮਾਤਾ ਜੀਤੋ ਜੀ ਸਾਹਿਬ, ਗੁਰਦੁਆਰਾ ਸ੍ਰੀ ਤਖ਼ਤ ਕੇਸਗੜ੍ਹ ਸਾਹਿਬ, ਕਿਲ੍ਹਾ ਆਨੰਦਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ ਸਾਹਿਬ। ਉਹਨਾਂ ਬਾਰੇ ਤੁਸੀਂ ਪਾਠ ਨੂੰ ਦੁਬਾਰਾ ਪੜ੍ਹਨਾ, ਪਾਠ ਨੂੰ ਦੁਬਾਰਾ ਸੁਣਨਾ, ਅਤੇ ਫਿਰ ਤੁਸੀਂ ਇੱਥੇ ਉਹਨਾਂ ਬਾਰੇ ਜਿਹੜੀ ਜਾਣਕਾਰੀ ਹੈ ਡੀਟੇਲਸ ਹੈਗੇ ਵੇਰਵਾ ਇੱਥੇ ਲਿਖਣਾ। ਮੰਗਲਵਾਰ ਘਰ ਦਾ ਕੰਮ, ਇਹਨਾਂ ਗੁਰਦੁਆਰਿਆਂ ਕਿਲ੍ਹਿਆਂ ਵਿੱਚੋਂ ਕਿਸੇ ਇੱਕ ਬਾਰੇ ਹੋਰ ਰਿਸਰਚ ਕਰਕੇ 5 ਹੋਰ ਤੱਤ ਲਿਖੋ। ਤੱਤ ਹੁੰਦੇ ਫੈਕਟਸ, ਹੈ ਨਾ, ਕਿਸੇ ਚੀਜ਼ ਬਾਰੇ ਤੁਸੀਂ ਫੈਕਟਸ, ਇਹ ਇਹਨਾਂ ਬਾਰੇ ਰਿਸਰਚ ਕਰੋ ਅਤੇ ਤੁਸੀਂ ਲਿਖੋ ਇੱਥੇ। ਅੱਗੇ ਹੈ ਜੀ ਬੁੱਧਵਾਰ ਘਰ ਦਾ ਕੰਮ, ਟਾਈਮਰ ਸੈੱਟ ਕਰੋ, ਇਸ ਇਹ ਪਾਠ ਪੜ੍ਹੋ, ਇਸ ਪਾਠ ਨੂੰ ਪੜ੍ਹੋ, ਜਾਂ ਆਪਾਂ ਲਿਖ ਸਕਦੇ ਇੱਥੇ ਨੋ ਮਿਸਿੰਗ ਹੈ, ਇਸ ਪਾਠ ਨੂੰ ਪੜ੍ਹੋ, ਕਿੰਨੇ ਮਿੰਟ ਲੱਗੇ, ਠੀਕ। ਸੋ ਤੁਸੀਂ ਦੇਖਣਾ ਹੈ ਕਿ ਤੁਹਾਡੀ ਪੜ੍ਹਨ ਦੀ ਰਵਾਨਗੀ, ਤੁਹਾਡੀ ਪੜ੍ਹਨ ਦੀ ਜਿਹੜੀ ਆ ਫਲੂਐਂਸੀ ਅਤੇ ਐਕੂਰੇਸੀ ਹੁਣ ਅੱਗੇ ਨਾਲੋਂ ਬੈਟਰ ਹੋਈ ਹੋਵੇ, ਇਹ ਤੁਹਾਡਾ ਗੋਲ ਹੋਣਾ ਚਾਹੀਦਾ। ਜਿਵੇਂ ਤੁਸੀਂ ਰੋਜ਼ ਪੜ੍ਹਦੇ ਹੋ, ਹਰ ਪਾਠ ਪੜ੍ਹਦੇ ਹੋ, ਅਤੇ ਦੇਖਣਾ ਹੈ ਕਿ ਤੁਸੀਂ ਘੱਟ ਸਮੇਂ ਵਿੱਚ ਸ਼ੁੱਧ ਪਾਠ ਪੜ੍ਹ ਸਕੋ, ਲੈਸਨ ਨੂੰ ਸਹੀ ਤਰੀਕੇ ਨਾਲ ਪੜ੍ਹ ਸਕੋ। ਵੀਰਵਾਰ ਘਰ ਦਾ ਕੰਮ, ਕਾਪੀ ਗੁਰਮੁਖੀ ਨੰਬਰਸ ਐਂਡ ਪੰਜਾਬੀ ਵਰਡਸ ਇਨ ਦਾ ਟੇਬਲ। ਸੋ 171, 172, 173, 174, 175, ਠੀਕ ਹੈ। ਸੋ ਇਹ ਤੁਸੀਂ ਜਿਹੜੇ ਆ ਗੁਰਮੁਖੀ ਨੰਬਰ ਇੱਥੇ ਲਿਖੋਗੇ। ਅਤੇ ਅੱਜ ਦਾ ਪਾਠ ਸਾਡਾ ਇੰਨਾ ਹੀ ਸੀ। ਸੋ ਬੱਚੋ, ਆਪਣਾ ਘਰ ਦਾ ਕੰਮ ਕਰਨਾ ਅੱਛੀ ਤਰ੍ਹਾਂ, ਪਾਠ ਨੂੰ ਦੁਬਾਰਾ ਪੜ੍ਹਨਾ, ਫਿਰ ਸੁਣਨਾ, ਅਤੇ ਤੁਸੀਂ ਬਹੁਤ ਅੱਛੀ ਤਰ੍ਹਾਂ ਪੰਜਾਬੀ ਸਿੱਖਣਾ। ਇੰਨਾ ਕੀ ਕਹਿ ਕੇ ਮੈਂ ਇੱਥੇ ਲੈਸਨ ਬੰਦ ਕਰਦੀ ਹਾਂ। ਅਗਲੇ ਲੈਸਨ ਨਾਲ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।